ਹੁਣ ਅਰਜੁਨ ਤਿੰਦੁਲਕਰ ਸਚਿਨ ਤਿੰਦੁਲਕਰ ਦਾ ਮੁੰਡਾ ਰਣਜੀ ਟੀਮ ਚ ਖੇਡ ਰਿਹਾ ਗੋਆ ਵੱਲੋਂ ਤੇ ਪਿਛਲੇ ਦਿਨ ਹੀ ਉਹ ਚੰਡੀਗੜ੍ਹ ਆਉਦਾ ਤੇ ਚੰਡੀਗੜ੍ਹ ਜਿਹੜੀ ਅਕੈडमी ਚ ਉਹਦੀ ਪ੍ਰੈਕਟਿਸ ਹੋਣੀ ਹੁੰਦੀ ਆ ਉਹ ਅਕੈडमी ਯੋਗਰਾਜ ਸਿੰਘ ਦੀ ਆ ਯੋਗਰਾਜ ਯੋਗਰਾਜ ਸਿੰਘ ਯੂਵੀ ਦਾ ਬਾਪੂ ਐਕਟਰ ਵੀ ਆ ਪੁਰਾਣਾ ਕਰੈਕਟਰ ਵੀ ਆ ਤੇ ਅੱਜ ਕੱਲ ਲੀਡਰ ਵੀ ਆ ਚਲੋ ਯੋਗਰਾਜ ਸਿੰਘ ਸਾਰੇ ਜਾਣਦੇ ਨੇ ਉਹਦੇ ਸਟਾਈਲ ਨੂੰ ਉਹਦੇ ਅੰਦਾਜ਼ ਨੂੰ ਤੇ ਕਹਿੰਦੇ ਯੂਵੀ ਨੂੰ ਯੂਵੀ ਬਣਾਉਣ ਦੇ ਵਿੱਚ ਯੋਗ ਰਾਜ ਦਾ ਅਹਿਮ ਜੋਗਦਾਨਾ ਕਿ ਸਵੇਰੇ ਉੱਠ ਕੇ ਚੱਲ ਕੱਕਾ ਪੱਜ 20 ਕਿਲੋਮੀਟਰ ਸੌਣ ਨਹੀਂ ਦੇਣਾ ਚੱਲ ਪਟਾ ਚੱਲ ਫਿਰ ਖੇੜ ਸੋ ਕਹਿੰਦੇ ਜੀ ਜਦੋਂ ਉਹਦੀ ਅਕੈਡਮੀ ਦੇ ਵਿੱਚ ਅਰਜੁਨ ਤਿੰਦੁਲਕਰ ਆਇਆ ਤੇ ਉਧਰ ਉਹ ਕਹਿੰਦੇ ਮੁੰਬੇ ਤੋਂ ਸਚਿੰਦ ਤਿੰਦੁਲਕਰ ਦਾ ਫੋਨ ਆਇਆ ਇਹ ਯੋਗਰਾ ਸਿਵਰ ਨੂੰ ਕਿ ਪਾਪਾ ਜੀ ਅਰਜੁਨ ਤਿੰਦੁਲਕਰ ਨੂੰ ਭੇਜਿਆ ਤੁਹਾਡੇ ਕੋਲ ਤੇ ਉਹਨੂੰ ਗੁਰ ਸਿਖਾ ਦਿਓ ਜਿਹੜੇ ਜੁਬਰਾਜ ਨੂੰ ਸਿਖਾਏ ਸੀ ਅਜੇ ਉਹਦਾ ਫੋਨ ਕਹਿੰਦੇ ਕੱਟਿਆ ਤੇ ਉਹਨੂੰ ਜੁਬਰਾਜ ਦਾ ਫੋਨ ਆ ਗਿਆ ਕਿ ਬਾਪੂ ਉਹ ਸਚਨ ਭਾਜੀ ਦਾ ਬੇਟਾ ਫਿਰ ਇੱਕ ਟੀ ਉਹਨੇ ਮੈਨੂੰ ਵੀ ਕਿਹਾ ਉਹ ਕਹਿੰਦੇ ਹਾਂ ਮੈਨੂੰ ਵੀ ਫੋਨ ਆ ਗਿਆ ਚਲੋ ਜੀ ਫਿਰ ਬਸ ਫਿਰ ਜੋਗਰਾਜ ਤਾਂ ਉਂ ਫੁੱਲੇ ਜਾਂਦਾ ਛਿਤੀ ਤੇ ਇਹ ਤਾਂ ਐਡੀ ਬੜੀ ਦੋ ਦੋ ਪੁੱਤ ਦਾ ਵੀ ਫੋਨ ਆ ਗਿਆ ਤੇ ਸਚਨ ਦਾ ਵੀ ਫੋਨ ਆ ਗਿਆ ਤਾਂ ਫਿਰ ਚੱਕ ਲਿਆ ਚਲੋ ਵੀ ਪ੍ਰੈਕਟਿਸ ਕਦੇ ਲੰਮਾ ਪਾਕ ਦੇ ਬੈਠਕਾਂ ਕੜਾਕ ਦੇ ਭਜਾਕ ਦੇ ਬੋਲ ਕਰਾ ਕੇ ਦੇ ਬੈਠ ਕਰਾ ਤੇ ਪ੍ਰੈਕਟਿਸ ਜਹੀ ਕਰਾਈ ਕਿ ਮੁੰਡੇ ਦਾ ਪਸੀਨਾ ਵੀ ਕੱਢਦਾ ਤੇ ਤੂਆਂ ਵੀ ਕੱਢਦਾ ਤੇ ਕਹਿੰਦੇ ਇੱਕ ਗੇਂਦ ਉਹਦੇ ਪੈਰ ਤੇ ਵੱਜੀ ਜਨਾਬ ਪੈਰ ਤੇ ਵੱਜੀ ਕੀ ਪੈਰ ਸੁੱਜ ਕੇ ਢੋਲੇ ਵਰਗਾ ਹੋ ਗਿਆ ਕਹਿੰਦੇ ਜੀ ਜੋਗਰਾਜ ਨੂੰ ਡਾਕਟਰ ਕੋਲ ਲੈ ਗਏ ਕਿ ਆਜ ਆਪਾਂ ਹੀ ਡਾਕਟਰ ਨੂੰ ਦਿਖਾਣੇ ਡਾਕਟਰ ਨੇ ਚੱਕ ਚੁੱਕ ਕੀਤਾ ਟੈਸਟ ਟਸਟ ਕੀਤੇ ਕਹਿੰਦੇ ਕੋਈ ਨਾ ਸੋਜ ਐ ਐਡੀ ਵੱਡੀ ਕੋਈ ਦਿੱਕਤ ਨਹੀਂ ਆਈਸੋ ਇਸ ਕਰੋ ਤੇ ਠੀਕ ਹੋ ਜਾਊਗਾ ਮਾਸ ਮਾਸਪੂਸ ਮੜਾ ਮੋਟਾ ਹੋ ਸਕਦਾ ਹੋਵੇ ਕੋਈ ਲੇਅਰ ਕੋਈ ਦਿੱਕਤ ਨਹੀਂ ਗਈ ਹੱਡੀ ਉੱਡੀ ਰੋਟੀ ਤੇ ਚਲੋ ਜੀ ਮੁੰਡੇ ਨੂੰ ਵੀ ਤਸੱਲੀ ਹੋਈ ਸਚਿੰਦ ਦੇ ਨੂੰ ਤੇ ਜੋਗਰਾਜ ਨੂੰ ਵੀ ਹੋਈ ਤੇ ਮੁੰਡਾ ਕਹਿੰਦਾ ਅੰਕਲ ਫਿਰ ਮੈਂ ਜਾ ਕੇ ਥੋੜਾ ਰੈਸਟ ਕਰ ਲਵਾਂ ਉੱਥੋਂ ਦੀਆਂ ਤਾਂ ਕਿਹੜਾ ਹੋਟਲ ਚੱਲ ਹੱਡੀ ਥੋੜਾ ਟੁੱਟੀ ਵਾਲੇ ਫਿਰ ਪ੍ਰੈਕਟਿਸ ਸ਼ੁਰੂ ਤੇ ਨਤੀਜਾ ਨਤੀਜਾ ਕਹਿੰਦੇ ਫਿਰ ਰਣਜੀ ਦੇ ਡੈਬਿਊ ਮੈਚ ਦੇ ਵਿੱਚ ਅਰਜੁਨ ਤਿੰਦੁਲਕਰ ਨੇ ਸੈਂਚਰੀ ਜੜ ਦਿੱਤੀ ਜੀ ਹਾਂ 1988 ਦੇ ਵਿੱਚ ਡੈਬਿਊ ਕਰਦੇ ਨੇ ਸਚਿਨ ਤਿੰਦੁਲਕਰ ਰਣਜੀ ਚ ਤੇ ਪਹਿਲੇ ਮੈਚ 'ਚ ਸੈਂਚਰੀ ਤੇ ਅਰਜੁਨ ਤਿੰਦੁਲਕਰ ਹੁਣ 2022 'ਚ ਡੈਬਿਊ ਕਰਦੇ ਨੇ ਤੇ ਪਹਿਲੇ ਹੀ ਰਣਜੀ ਮੈਚ ਦੇ ਵਿੱਚ ਸੈਂਚਰੀ ਸੋਨੇ ਸਵੱਬ ਸੀ ਜਾਂ ਜੋਗਰਾਜ ਦਾ ਕ੍ਰਿਸਮਸ ਸੀ ਚੱਲ ਗਿਆ ਅਗਲੇ ਦਾ ਪੱਤਾ ਸੋ ਅਗਲਾ ਕਹਿੰਦਾ ਜੀ ਪਿਓ ਵੀ ਬਾਗੋ-ਵਾਗ ਹੈ ਪੁੱਤ ਵੀ ਬਾਗੋ-ਵਾਗ ਹੈ ਮੇਰਾ ਪੁੱਤ ਵੀ ਜੋਗਰਾਜ ਕਹਿੰਦਾ ਬਾਗੋ-ਵਾਗ ਤੇ ਜੋਗਰਾਜ ਫਿਰ ਅਰਜੁਨ ਤਿੰਦੂਨ ਕਰਨ ਨੂੰ ਕਹਿੰਦਾ ਕਿ ਮੈਂ ਆਪਣੇ ਕਮਰੇ 'ਚ ਦੋ ਜਣੇ ਦੀਆਂ ਫੋਟੋਆਂ ਲਾਈਆਂ ਇੱਕ ਸਚਿੰਦ ਦੀ ਇੱਕ ਜੁਬਰਾਜ ਦੀ ਤੀਜੀ ਤੇਰੀ ਲਾਉਣਾ ਚਾਹਨਾ ਤੇ ਤੈਨੂੰ ਕ੍ਰਿਸਗਿਲ ਬਣਾ ਕੇ ਛੱਡੂ ਨਾ ਸਚਿੰਦ ਵੰਡ ਦਊਂ ਨਾ ਜੁਬਰਾਜ ਵੰਡ ਦਊਂ ਤੈਨੂੰ ਬਣਾਉ ਕ੍ਰਿਸਗਿਲ ਪਰ ਨਾਲ ਇਹ ਕਹਿੰਦਾ ਕਿ ਜਦ ਵੀ ਮੈਦਾਨ 'ਚ ਜਾਵੇਂ ਤਾਂ ਇਹ ਭੁੱਲ ਕੇ ਜਾਏ ਕਿ ਤੂੰ ਸਚਿੰਦ ਦਾ ਮੁੰਡਾ ਹੈ ਯਾਦ ਨਹੀਂ ਰੱਖਣਾ ਕਿ ਸਚਿੰਦਰਾ ਮੁੰਡਾ ਖੁੱਲਾ ਖੇਡ ਤੂੰ ਆਪਣੇ ਆਪ ਚ ਆਪਣੀ ਪਛਾਣ ਬਣਾ ਆਪਣੀ ਉਡਾਰ ਆਪ ਪਰ ਤੇ ਇਹ ਸੁਨੇਹਾ ਦੇ ਕੇ ਕਹਿੰਦੇ ਉਹਨੇ ਉਹਨੂੰ ਸ਼ਾਬਾਸ਼ ਦਿੱਤੀ ਤੇ ਨਾਲੇ ਫਿਰ ਐਵੇਂ ਵੀ ਇੱਛਾ ਪ੍ਰਗਟਾਤੀ ਕਹਿੰਦਾ ਜੇ ਸਚਿੰਦ ਕਹੂਗਾ ਯੋਗਰਾਜ ਸਿੰਘ ਕਹਿੰਦੇ ਫਿਰ ਮੈਂ ਬੰਬੇ ਵੀ ਚਲ ਜਾਊਂਗਾ ਉੱਥੇ ਜਾ ਕੇ ਉਹਨੂੰ ਟ੍ਰੇਨਿੰਗ ਦੇਣ ਲੱਗ ਜਾਊਗਾ ਸੋ ਪੱਕੇ ਕੋਚ ਬਣ ਲਈ ਵੀ ਯੋਗਰਾਜ ਹੋਰੀ ਤਿਆਰ ਨੇ ਯੋਗਰਾਜ ਨੇ ਯੂਵੀ ਦਿੱਤਾ ਭਾਰਤ ਨੂੰ ਜੋ ਜੁਬਰਾਜ ਸਿੰਘ ਨੇ ਇੱਕ 6 ਛੱਕੇ ਲਾਏ ਤੇ ਵਰਲਡ ਕੱਪ ਜਿਤਾਉਣ ਚ ਆਏ ਭੂਮਿਕਾ ਨਿਭਾਈ ਜੇਕਰ ਉਸ ਦੀ ਦਰੋਣਾਚਾਰੀਆ ਦੇ ਚੋਂ ਨਿਕਲ ਕੇ ਅਰਜੁਨ ਅਰਜੁਨ ਬਣਦਾ ਤਾਬਿਕ ਹੋਰ ਵੀ ਚੰਗੀ ਗੱਲ ਹੈ ਦੇਖਦੇ ਆ ਕਿ ਕਿੱਥੇ ਤੱਕ ਯਾਰਾਂ ਦਾ ਨਿਭਦਾ ਹੈ ਜਾਂ ਕਿੱਥੇ ਤੱਕ ਉਹਨਾਂ ਨੂੰ ਥਾਪੜਾ ਮਿਲਦਾ ਹੈ ਜਾਂ ਕੀ ਉਹਨਾਂ ਨੂੰ ਸੱਚਮੁੱਚ ਪੂਰਾ ਕੋਚ ਲਾਇਆ ਜਾਂਦਾ ਫਿਲਹਾਲ ਉਹਨਾਂ ਨੇ ਕ੍ਰਿਸ਼ਮਾ ਦਿਖਾ ਦਿੱਤਾ ਕਿ ਡੈਬਿਊ ਮੈਚ ਵਿੱਚ ਸਚਿੰਤ ਤੇਂਦਰਕਰ ਦੇ ਮੁੰਡੇ ਨੇ ਸੈਂਚਰੀ ਜੜ ਦਿੱਤੀ ਕਹਿੰਦੇ ਯੋਗਰਾਜ ਦਾ ਕਮਾਲ ਹੈ ਕਿਰਸਗਿਲ ਬਣਾ ਕੇ ਛੱਡਾਂਗੇ ਕਹਿੰਦੇ ਚਲੋ ਤੁਸੀਂ ਬਿਕਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ